ਕਰੇਡੀਅਨ ਖਬਰਨਾਮਾ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ। ਹੁਣ ਤੱਕ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ, ਅਲਬਰਟਾ ਨੇ 41 ਕੈਨੇਡੀਅਨ ਇਮੀਗ੍ਰੇਸ਼ਨ ਸੱਦਿਆਂ ਦੇ ਨਾਲ ਹੈਲਥ ਕੇਅਰ ਹੁਨਰਮੰਦ ਕਾਮਿਆਂ ਨੂੰ ਇੱਕ ਵੱਡਾ ਟਾਰਗੇਟ ਕੀਤਾ। ਅਲਬਰਟਾ ਨੇ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਐਕਸਪ੍ਰੈਸ ਐਂਟਰੀ ਲਿੰਕਡ ਸਟ੍ਰੀਮ ਦੁਆਰਾ ਹਾਲ ਹੀ ਵਿੱਚ ਕੱਢੇ ਗਏ ਡਰਾਅ ਦੇ ਨਾਲ 41 ਸੱਦਿਆਂ ਦੇ ਨਾਲ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਟਾਰਗੇਟ ਕੀਤਾ। ਓਗਵੇਟ 13 ਖਾਸ ਤੌਰ 'ਤੇ ਸਮਰਪਿਤ ਹੈਲਥ ਕੇਅਰ ਪਾਥਵੇ ਰਾਹੀਂ ਨੌਕਰੀ ਦੀ ਪੇਸ਼ਕਸ਼ ਵਾਲੇ ਉਮੀਦਵਾਰਾਂ 'ਤੇ ਧਿਆਨ ਕੇਂਦਰਿਤ ਕਰਦਾ, ਜਿਸ ਦੇ ਘੱਟੋ ਘੱਟ ਵਿਆਪਕ ਰੈਂਕਿੰਗ ਸਿਸਟਮ ਸਕੋਰ 301 ਅੰਕ ਨੇ। 2024 ਦੇ ਲਈ ਅਲਬਰਟਾ ਦੀ ਨਾਮਜ਼ਦਗੀ 9,750 ਜਦੋਂ ਕਿ 2023 ਦੀ ਵੰਡ ਨਾਲ ਮੇਲ ਖਾਂਦੀ ਹੈ। ਹੁਣ ਤੱਕ 6,977 ਨਾਮਜ਼ਦਗੀਆਂ ਜਾਰੀ ਕੀਤੀਆਂ ਗਈਆਂ ਨੇ। ਪਿਛਲੇ ਸਾਲ ਅਲਬਰਟਾ ਨੇ 10,029 ਨਾਮਜ਼ਦਗੀਆਂ ਜਾਰੀ ਕੀਤੀਆਂ ਸਨ। ਸੰਘੀ ਤੌਰ ਦੇ ਅਧਿਕਾਰਿਕ ਪ੍ਰਸ਼ਾਸਨ ਬਬ ਵੱਲੋਂ ਵਰਤੋਂ ਹੋਏ ਇਸ ਵੰਡ ਦਾ ਪੂਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ। ਅਲਬਰਟਾ ਐਕਸਪ੍ਰੈਸ ਐਂਟਰੀ ਡਰਾ ਮਿਤੀ 30 ਅਗਸਤ 2024 ਅਤੇ NOI ਭੇਜੇ ਗਏ 41 ਅਤੇ ਪੈਰਾਮੀਟਰਸ ਦੀ ਗੱਲ ਕੀਤੀ ਜਾਵੇ ਤਾਂ ਅਲਬਰਟਾ ਨੌਕਰੀ ਦੀ ਪੇਸ਼ਕਸ਼ CRS ਸਕੋਰ 300 ਅਤੇ ਇਸ ਤੋਂ ਵੱਧ ਦੇ ਸਮਰਪਿਤ ਹੈਲਥ ਕੇਅਰ ਪਾਥਵੇ, ਸਭ ਤੋਂ ਘੱਟ ਸਕੋਰ CRS 301। ਅਲਬਰਟਾ ਐਕਸਪ੍ਰੈਸ ਐਂਟਰੀ ਲੋੜਾਂ ਦੀ ਗੱਲ ਕੀਤੀ ਜਾਵੇ ਤਾਂ ਅਲਬਰਟਾ ਤੋਂ ਵਿਆਜ ਦੀ ਸੂਚਨਾ NOI ਦੀ ਯੋਗਤਾ ਪੂਰੀ ਕਰਨ ਲਈ ਉਮੀਦਵਾਰਾਂ ਨੂੰ ਕਾਫੀ ਮਾਪਦੰਡ ਪੂਰੇ ਕਰਨੇ ਚਾਹੀਦੇ ਨੇ। ਫੈਡਰਲ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਕ੍ਰਿਆਸ਼ੀਲ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਬਣਾਈ ਰੱਖੋ। ਅਲਬਰਟਾ ਵਿੱਚ ਪੱਕੇ ਤੌਰ 'ਤੇ ਪ੍ਰਵਾਸ ਕਰਨ ਦੀ ਇੱਛਾ ਪ੍ਰਗਟ ਕਰੋ। ਅਜਿਹੇ ਕਿੱਤੇ ਵਿੱਚ ਸ਼ਾਮਲ ਹੋ ਜੋ ਅਲਬਰਟਾ ਦੇ ਆਰਥਿਕ ਵਿਕਾਸ ਦੇ ਵਿਭਿੰਨਤਾ ਨੂੰ ਸਮਰਥਨ ਕਰਦਾ ਹੈ। 300 ਪੁਆਇੰਟਾਂ ਦਾ ਘੱਟੋ ਘੱਟ ਵਿਆਪਕ ਰੈਂਕਿੰਗ ਸਿਸਟਮ CRS ਸਕੋਰ ਪ੍ਰਾਪਤ ਕਰੋ। ਉਮੀਦਵਾਰਾਂ ਦੀ NOI ਪ੍ਰਾਪਤ ਕਰਨ ਦੀ ਸੰਭਾਵਨਾ ਨੂੰ ਵਧਾਉਣ ਵਾਲੇ ਕਾਰਕ ਸ਼ਾਮਲ ਅਤੇ ਅਲਬਰਟਾ ਵਿੱਚ ਕਿਸੇ ਰੁਜ਼ਗਾਰਦਾਤਾ ਤੋਂ ਨੌਕਰੀ ਦੀ ਪੇਸ਼ਕਸ਼ ਕਰਨਾ ਜਾਂ ਫਿਰ ਸੂਬੇ ਵਿੱਚ ਕੰਮ ਦਾ ਤਜ਼ਰਬਾ ਹੋਣਾ, ਇੱਕ ਕੈਨੇਡੀਅਨ ਪੋਸਟ ਸੈਕੰਡਰੀ ਸੰਸਥਾ ਤੋਂ ਗ੍ਰੈਜੂਏਟ ਹੋਣਾ, ਅਲਬਰਟਾ ਵਿੱਚ ਰਹਿਣ ਵਾਲੇ ਕੋਈ ਰਿਸ਼ਤੇਦਾਰ ਜਿਵੇਂ ਕਿ ਮਾਤਾ ਪਿਤਾ, ਬੱਚਾ ਜਾਂ ਭੈਣ ਭਰਾ। ਉਮੀਦਵਾਰ ਦੀ NOI ਪ੍ਰਾਪਤ ਕਰਨ ਦੀ ਸੰਭਾਵਨਾ ਘਟਾਉਣ ਵਾਲੇ ਕਾਰਕਾਂ ਵਿੱਚ ਸ਼ਾਮਲ ਨੇ, ਇੱਕ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੀ ਮਿਆਦ ਅਗਲੇ 3 ਮਹੀਨਿਆਂ ਵਿੱਚ ਖਤਮ ਹੋ ਰਹੀ ਹੈ, ਇੱਕ ਆਯੋਗ ਕਿੱਤੇ ਵਿੱਚ ਰੁਜ਼ਗਾਰ।